ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ 'ਤੇ। ਮੈਂ ਹਾਂ ਸੁਮਨਪ੍ਰੀਤ ਕੌਰ। ਅੱਜ ਹੈ 24 ਜਨਵਰੀ 2024। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 24 ਜਨਵਰੀ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ। ਹਰ ਇੱਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ। ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ। ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ, ਉਹ ਟੈਲੀਗ੍ਰਾਮ ਚੈਨਲ 'ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ। ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਹਾਲ ਹੀ ਵਿੱਚ ਕਿਸ ਨੇ ਸੂਰੋਦਿਆ ਯੋਜਨਾ ਸ਼ੁਰੂ ਕੀਤੀ? ਹਾਂਜੀ, ਸੂਰੋਦਿਆ ਯੋਜਨਾ ਸ਼ੁਰੂ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਯੋਜਨਾ ਦਾ ਨਾਮ ਤੁਸੀਂ ਯਾਦ ਰੱਖਣਾ, ਸੂਰਯੋਦਿਆ ਯੋਜਨਾ। ਇਹ ਸ਼ੁਰੂ ਕੀਤੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਅਯੋਧਿਆ 'ਚ ਰਾਮ ਮੰਦਿਰ 'ਚ ਭਗਵਾਨ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਇੱਕ ਵੱਡੀ ਸੌਰ ਯੋਜਨਾ ਦਾ ਐਲਾਨ ਕੀਤਾ। ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਐਲਾਨ ਮੁਤਾਬਿਕ ਇੱਕ ਯੋਜਨਾ ਤਹਿਤ 1 ਕਰੋੜ ਘਰਾਂ ਵਿੱਚ ਰੂਫ ਟੌਪ ਸੋਲਰ ਲਗਾਇਆ ਜਾਵੇਗਾ। ਇਸ ਯੋਜਨਾ ਦੇ ਤਹਿਤ 1 ਕਰੋੜ ਘਰਾਂ ਵਿੱਚ ਰੂਫ ਟੌਪ ਸੋਲਰ ਲਗਾਇਆ ਜਾਵੇਗਾ। ਨੈਕਸਟ ਕੁਐਸਚਨ, ਹਾਲ ਹੀ ਵਿੱਚ ਪੰਡਿਆਲਾ ਲਕਸ਼ਮੀ ਪ੍ਰਿਆ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਉਹ ਕਿਸ ਨਾਚ ਨਾਲ ਸੰਬੰਧਿਤ ਹਨ? ਹਾਂਜੀ, ਪੰਡਿਆਲਾ ਲਕਸ਼ਮੀ ਪ੍ਰਿਆ, ਇਹਨਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦੇ ਨਾਲ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਵਾ, ਅਤੇ ਇਹਨਾਂ ਦਾ ਸੰਬੰਧ ਕੁਚੀਪੁੜੀ ਨਾਚ ਨਾਲ ਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਪੰਡਿਆਲਾ ਲਕਸ਼ਮੀ ਪ੍ਰਿਆ ਨੂੰ ਤੁਸੀਂ ਇਮੇਜ ਦੇ ਵਿੱਚ ਦੇਖ ਸਕਦੇ ਹੋ, ਅਤੇ ਇਹਨਾਂ ਦਾ ਸੰਬੰਧ ਕੁਚੀਪੁੜੀ ਡਾਂਸ ਦੇ ਨਾਲ ਆ। ਨੈਕਸਟ ਕੁਐਸਚਨ, ਹਾਲ ਹੀ ਵਿੱਚ ਭਾਰਤ ਤਾਂਬੇ ਦੀ ਖਨਣ ਲਈ ਇੱਕ ਉਦਯੋਗਿਕ ਪ੍ਰਤੀਨਿਧੀ ਮੰਡਲ ਕਿਸ ਰਾਜ ਵਿੱਚ ਭੇਜੇਗਾ? ਹਾਂਜੀ, ਭਾਰਤ ਤਾਂਬੇ ਦੀ ਖਨਣ ਲਈ ਇੱਕ ਉਦਯੋਗਿਕ ਪ੍ਰਤੀਨਿਧੀ ਮੰਡਲ ਜੈਂਬੀਆ ਦੇ ਵਿੱਚ ਭੇਜੇਗਾ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਜੈਂਬੀਆ ਵੀ ਬੋਲ ਦਿੰਦੇ ਹਾਂ ਇਸਨੂੰ, ਅਤੇ ਜਾਂਬੀਆ ਵੀ ਬੋਲ ਦਿੰਦੇ ਹਾਂ, ਠੀਕ ਹੈ। ਜੈਂਬੀਆ ਦੀ ਕੈਪੀਟਲ ਆ ਲੁਸਾਕਾ, ਕਰਾਂਸੀ ਆ ਜਾਂਬੀਅਨ ਕੁਆਚਾ, ਪ੍ਰੈਜ਼ੀਡੈਂਟ ਆ ਹਕੈਡੇ ਹਿਚਲੈਮਾ। ਨੈਕਸਟ ਕੁਐਸਚਨ, ਬਹਾਦਰੀ ਦਿਵਸ ਹਾਲ ਹੀ ਵਿੱਚ ਕਦੋਂ ਮਨਾਇਆ ਗਿਆ? ਬਹਾਦਰੀ ਦਿਵਸ, ਦੇਖੋ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜੈਯੰਤੀ ਨੂੰ ਹਰ ਸਾਲ ਬਹਾਦਰੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ, ਅਤੇ ਇਹਨਾਂ ਦੀ ਜੈਯੰਤੀ ਹੁੰਦੀ ਆ 23 ਜਨਵਰੀ ਨੂੰ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ, ਅਤੇ 23 ਜਨਵਰੀ ਨੂੰ ਬਹਾਦਰੀ ਦਿਵਸ ਮਨਾਇਆ ਗਿਆ, ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਹੋਇਆ ਸੀ 23 ਜਨਵਰੀ 1897 'ਚ। 23 ਜਨਵਰੀ 1897 ਦੇ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਹੋਇਆ ਸੀ, ਅਤੇ ਬਹਾਦਰ ਦਿਵਸ ਮਨਾਉਣ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 2021 ਦੇ ਵਿੱਚ ਕੀਤੀ ਸੀ, ਅਤੇ ਇਸ ਵਾਰ ਇਹਨਾਂ ਦੀ 127ਵੀਂ ਜੈਯੰਤੀ ਮਨਾਈ ਗਈ ਆ। ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਹੁਣ ਜਨਵਰੀ ਦੇ ਇੰਪੋਰਟੈਂਟ ਡੇ ਦੀ ਗੱਲ ਆ, ਤਾਂ 1 ਜਨਵਰੀ ਨੂੰ ਡਿਫੈਂਸ ਰਿਸਰਚ ਡਿਵੈਲਪਮੈਂਟ ਐਂਡ ਆਰਗੇਨਾਈਜੇਸ਼ਨ ਦਾ 66ਵਾਂ ਸਥਾਪਨਾ ਦਿਵਸ ਮਨਾਇਆ ਗਿਆ। 3 ਜਨਵਰੀ ਨੂੰ ਅੰਤਰਰਾਸ਼ਟਰੀ ਦਿਮਾਗ ਸਰੀਰ ਤੰਦਰੁਸਤੀ ਦਿਵਸ ਮਨਾਇਆ ਗਿਆ। 4 ਜਨਵਰੀ ਨੂੰ ਵਿਸ਼ਵ ਬ੍ਰੈਲ ਦਿਵਸ ਮਨਾਇਆ ਗਿਆ। 5 ਜਨਵਰੀ ਨੂੰ ਰਾਸ਼ਟਰੀ ਪੰਛੀ ਦਿਵਸ ਮਨਾਇਆ ਗਿਆ। 6 ਜਨਵਰੀ ਨੂੰ ਵਿਸ਼ਵ ਅਨਾਥ ਯੁੱਧ ਦਿਵਸ ਮਨਾਇਆ ਗਿਆ। 7 ਜਨਵਰੀ ਨੂੰ ਮਹਾਯਾਨ ਨਵਾਂ ਸਾਲ ਦਿਵਸ ਮਨਾਇਆ ਗਿਆ। 8 ਜਨਵਰੀ ਨੂੰ ਧਰਤੀ ਰੋਟੇਸ਼ਨ ਦਿਵਸ ਮਨਾਇਆ ਗਿਆ।
9 ਜਨਵਰੀ ਨੂੰ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਗਿਆ, 10 ਜਨਵਰੀ ਨੂੰ ਵਿਸ਼ਵ ਹਿੰਦੀ ਦਿਵਸ ਮਨਾਇਆ ਗਿਆ, 11 ਜਨਵਰੀ ਨੂੰ ਰਾਸ਼ਟਰੀ ਮਨੁੱਖੀ ਤਸਕਰੀ ਜਾਗਰੂਕਤਾ ਦਿਵਸ ਮਨਾਇਆ ਗਿਆ, 12 ਜਨਵਰੀ ਨੂੰ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ, 15 ਜਨਵਰੀ ਨੂੰ ਭਾਰਤੀ ਸੈਨਾ ਦਿਵਸ ਮਨਾਇਆ ਗਿਆ, 16 ਜਨਵਰੀ ਨੂੰ ਰਾਸ਼ਟਰੀ ਸ਼ੁਰੂਆਤ ਦਿਵਸ ਮਨਾਇਆ ਗਿਆ, 19 ਜਨਵਰੀ ਨੂੰ ਕੋਕ ਬੋਰੋਕ ਦਾ ਦਿਵਸ ਮਨਾਇਆ ਗਿਆ, 20 ਜਨਵਰੀ ਨੂੰ ਪੈਂਗੁਇਨ ਜਾਗਰੂਕਤਾ ਦਿਵਸ ਮਨਾਇਆ ਗਿਆ। ਨੈਕਸਟ ਕੁਐਸਚਨ, ਹਾਲ ਹੀ ਵਿੱਚ ਅਸਾਮਸ ਬ੍ਰੇਵ ਹਾਰਟ ਲਚਿਤ ਬਰਫੂਕਨ ਕਿਤਾਬ ਕਿਸਨੇ ਲਿਖੀ? ਹਾਂਜੀ, ਅਸਾਮਸ ਬ੍ਰੇਵ ਹਾਰਟ ਲਚਿਤ ਬਰਫੂਕਨ ਕਿਤਾਬ ਆ ਜਿਹੜੀ, ਇਹ ਲਿਖੀ ਆ, ਪ੍ਰਕਾਸ਼ਿਤ ਕੀਤੀ ਆ, ਇੱਥੇ ਪ੍ਰਕਾਸ਼ਿਤ ਕੀਤੀ ਆ, ਪ੍ਰਕਾਸ਼ਿਤ ਕੀਤੀ ਅਤੇ ਲਿਖਣ 'ਚ ਫਰਕ ਆ। ਪ੍ਰਕਾਸ਼ਿਤ ਕੀਤੀ ਆ ਕੇਂਦਰੀ ਸਹਿਕਾਰਤਾ ਮੰਤਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ। ਆਪਸ਼ਨ ਸੀ ਇੱਥੇ ਰਾਈਟ ਆਂਸਰ ਹੈ, ਪਰ ਲਿਖੀ ਆ ਇਹ, ਇਹ ਬੁੱਕ ਨੂੰ ਲਿਖਿਆ ਵਾ ਅਰੁਣ ਕੁਮਾਰ ਦੱਤਾ ਨੇ, ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਹਾਂਜੀ, ਬੁੱਕ ਅਤੇ ਰਾਈਟਰ ਦਾ ਨਾਮ ਤੁਹਾਡੇ ਲਈ ਇੰਪੋਰਟੈਂਟ ਆ, ਬੁੱਕ ਦਾ ਨਾਮ ਅਤੇ ਰਾਈਟਰ ਦਾ ਨਾਮ ਤੁਸੀਂ ਧਿਆਨ ਦੇ ਵਿੱਚ ਰੱਖਣਾ। ਰੀਸੈਂਟਲੀ ਇੱਕ ਬੁੱਕ ਹੈ ਐਨ ਅਨਕੋਮਨ ਲਵ, ਦੀ ਅਰਲੀ ਲਾਈਫ ਆਫ ਸੁਧਾ ਐਂਡ ਨਰਾਇਣ ਮੂਰਤੀ, ਇਸ ਨੂੰ ਲਿਖਿਆ ਚਿਤਰਾ ਬੈਨਰਜੀ ਨੇ। ਇੱਕ ਬੁੱਕ ਆ ਭੁਪਿੰਦਰ ਯਾਦਵ ਨੇ ਰਿਲੀਜ਼ ਕੀਤੀ ਹੈ, ਜਿਸਦਾ ਨਾਮ ਆ ਮੋਦੀ ਐਨਰਜਿੰਗ ਏ ਗ੍ਰੀਨ ਫਿਊਚਰ। ਟਵਿੰਕਲ ਖੰਨਾ ਨੇ ਨਵੀਂ ਕਿਤਾਬ ਵੈਲਕਮ ਟੂ ਪੈਰਾਡਾਈਜ਼ ਲਾਂਚ ਕੀਤੀ। ਰਾਕੇਸ਼ ਪਾਠਕ ਦੁਆਰਾ ਲਿਖੀ ਗਈ ਕਿਤਾਬ ਆ ਸਿੰਧੀਆ ਐਂਡ 1857 ਰਿਲੀਜ਼ ਕੀਤੀ ਗਈ। ਮਨੋਜ ਸਿਨਹਾ ਨੇ ਵਾਰੀਅਰ ਔਨ ਵੀਲ ਚੇਅਰਸ ਪਦਮ ਸਿਰੀ ਪੁਸਤਕ ਲਿਖੀ। ਨੈਕਸਟ ਹੈ, ਗ੍ਰੀਨ ਰੂਮ ਕਿਸ ਦੇਸ਼ ਨਾਲ ਸੰਬੰਧਿਤ ਆ? ਗ੍ਰੀਨ ਰੂਮ ਦੇਖੋ, UNDP ਐਂਡ ਡੇਨਮਾਰਕ ਗੌਰਮੈਂਟ ਨੇ ਪੁਲਿਸ ਅਧਿਕਾਰੀਆਂ, ਬਾਲ ਅਪਰਾਧ ਪੀੜਤਾਂ ਅਤੇ ਗਵਾਹਾਂ ਦੇ ਵਿੱਚ ਗੱਲਬਾਤ ਦੀ ਸੁਵਿਧਾ ਦੇ ਲਈ ਗ੍ਰੀਨ ਰੂਮ ਲਾਂਚ ਕੀਤਾ। ਆਪਸ਼ਨ ਨੰਬਰ ਬੀ ਇੱਥੇ ਰਾਈਟ ਆਂਸਰ ਹੈ, ਅਤੇ ਯੂਕਰੇਨ ਦੇ ਨਾਲ ਸੰਬੰਧਿਤ ਆ ਗ੍ਰੀਨ ਲੋਮ। ਹੁਣ ਯੂਕਰੇਨ ਨਾਲ ਸੰਬੰਧਿਤ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ, ਯੂਕਰੇਨ, ਯੂਕਰੇਨ ਦੀ ਕੈਪੀਟਲ ਆ ਕੀਵ, ਕਰੰਸੀ ਆ ਯੂਕਰੇਨੀ ਹਰਵੇਨੀਆ, ਪ੍ਰੈਜ਼ੀਡੈਂਟ ਇੱਥੋਂ ਦੇ ਬਲਾਦੀਮੀਰ ਜੈਲੇਨੈਸਕੀ। ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਹਿੰਦੂ ਦੇਵੀ ਕਾਲੀ ਦੀ ਇਤਰਾਜ਼ਯੋਗ ਤਸਵੀਰ ਟਵਿੱਟ ਕਰਨ ਲਈ ਮਾਫ਼ੀ ਮੰਗੀ। 2022 ਲਿਬਰਟੀ ਮੈਡਲ ਯੂਕਰੇਨ ਦੇ ਰਾਸ਼ਟਰਪਤੀ ਨੂੰ ਦਿੱਤਾ ਜਾਵੇਗਾ। ਕ੍ਰਿਪਟੋ ਮੁਦਰਾ ਰੱਖਣ ਦੇ ਮਾਮਲੇ ਵਿੱਚ ਯੂਕਰੇਨ ਟੌਪ 'ਤੇ ਰਿਹਾ। ਅਸੰਤੁਸ਼ਟ ਮਨੁੱਖੀ ਅਧਿਕਾਰ ਅਵਾਰਡ 2022 ਯੂਕਰੇਨੀ ਨਾਗਰਿਕਾਂ ਦੁਆਰਾ ਜਿੱਤਿਆ ਗਿਆ। ਯੂਕਰੇਨ ਦੇ ਰਾਸ਼ਟਰਪਤੀ ਨੂੰ ਜੋਹਨ ਐਫ ਕੈਨੇਡੀ ਅਵਾਰਡ ਮਿਲਿਆ। ਨੈਕਸਟ ਕੁਐਸਚਨ, ਹਾਲ ਹੀ ਵਿੱਚ ਅਯੋਧਿਆ ਦੇ ਰਾਮ ਮੰਦਿਰ 'ਚ ਭਗਵਾਨ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਈ, ਇਸ ਮੰਦਿਰ ਦਾ ਡਿਜ਼ਾਈਨ ਕਿਸ ਨੇ ਕੀਤਾ ਹੈ? ਹਾਂਜੀ, ਅਯੋਧਿਆ ਦੇ ਰਾਮ ਮੰਦਿਰ ਦੇ ਵਿੱਚ ਭਗਵਾਨ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ 22 ਜਨਵਰੀ ਨੂੰ ਹੋਈ ਆ, ਅਤੇ ਇਸ ਮੰਦਿਰ ਦਾ ਡਿਜ਼ਾਈਨ ਕੀਤਾ ਚੰਦਰਕਾਤ ਸੋਮਪੁਰਾ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਨੈਕਸਟ ਕੁਐਸਚਨ, ਕਿਸ ਦੇਸ਼ ਨੇ ਹਾਲ ਹੀ ਵਿੱਚ SLIM ਜਾਣੀ ਕਿ ਸਮਾਰਟ ਲੈਂਡਰ ਫੋਰ ਇਨਵੈਸਟੀਗੇਸ਼ਨਸ ਮੂਨ ਮਿਸ਼ਨ ਦੇ ਨਾਲ ਚੰਦਰਮਾ 'ਤੇ ਇੱਕ ਇਤਿਹਾਸਿਕ ਸੌਫਟ ਲੈਂਡਿੰਗ ਪ੍ਰਾਪਤ ਕੀਤੀ? ਹਾਂਜੀ, ਸਲਿਮ ਮਿਸ਼ਨ ਦੇ ਨਾਲ ਚੰਦਰਮਾ 'ਤੇ ਇੱਕ ਇਤਿਹਾਸਿਕ ਸੌਫਟ ਲੈਂਡਿੰਗ ਪ੍ਰਾਪਤ ਕੀਤੀ ਆ ਜਾਪਾਨ ਨੇ। ਆਪਸ਼ਨ ਏ ਇਜ਼ ਦਾ ਰਾਈਟ ਆਂਸਰ। ਹੁਣ ਜਾਪਾਨ ਨੇ ਕੀਤੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ, ਜਾਪਾਨ, ਜਾਪਾਨ ਦੀ ਕੈਪੀਟਲ ਆ ਟੋਕੀਓ, ਕਰੰਸੀ ਆ ਯੇਨ, ਅਤੇ ਇੱਥੋਂ ਦੇ ਪ੍ਰਾਈਮ ਮਿਨਿਸਟਰ ਆ ਫੋਮੀਓ ਕੈਸੀਦਾ। ਜਾਪਾਨ ਨੂੰ ਪਾਣੀ ਦੇ ਅੰਦਰ ਜਵਾਲਾਮੁਖੀ ਫਟਣ ਤੋਂ ਬਾਅਦ ਇੱਕ ਨਵਾਂ ਟਾਪੂ ਮਿਲਿਆ। ਇਸਰੋ ਜਾਪਾਨ ਦੀ ਪੁਲਾੜ ਏਜੰਸੀ ਦੀ ਮਦਦ ਨਾਲ ਅਗਲਾ ਚੰਦਰਮਾ ਮਿਸ਼ਨ ਪੂਰਾ ਕਰੇਗਾ। ਜਾਪਾਨ ਦੇ ਯਾਕੋਹਾਮਾ ਵਿੱਚ ਡਾਂਸਿੰਗ ਪਿਕਾਚੂ ਸਮਾਗਮ ਕਰਾਇਆ ਗਿਆ। ਨੈਕਸਟ ਕੁਐਸਚਨ, ਹਾਲ ਹੀ ਵਿੱਚ ਕਿਸ ਰਾਜ ਦੀ ਵਿਲੱਖਣ ਭਾਸ਼ਾ ਮਦਿਕਾ ਅਲੋਪ ਹੋਣ ਦੀ ਕਗਾਰ 'ਤੇ ਹੈ? ਹਾਂਜੀ,
ਇਹ ਕੇਰਲ ਦੇ ਵਿੱਚ ਬੋਲੀ ਜਾਂਦੀ ਆ ਮਦਿਕਾ, ਇੱਕ ਕਬੀਲੇ ਦੇ ਦੁਆਰਾ, ਤੇ ਉਸ ਕਬੀਲੇ ਦੇ ਸਿਰਫ ਦੋ ਲੋਕ ਹੀ ਬਚੇ ਆ ਜੋ ਮਦਿਕਾ ਬੋਲਦੇ ਆ, ਤੇ ਇਹ ਅਲੋਪ ਹੋਣ ਦੀ ਕਗਾਰ ਤੇ ਆ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਹੁਣ ਕੇਰਲ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕੇਰਲ, ਕੇਰਲ ਦੀ ਕੈਪੀਟਲ ਆ ਤ੍ਰਿਵਨੰਤਪੁਰਮ, ਚੀਫ ਮਿਨਿਸਟਰ ਆ ਪਿਨਰਈ ਵਿਜ਼ੀਅਨ, ਗਵਰਨਰ ਆ ਆਰਿਫ ਮੁਹੰਮਦ ਖਾਨ। ਕੇਰਲ ਦੇ ਵਿੱਚ ਨਾਇਮੁਦੀ 16 ਨੈਸ਼ਨਲ ਪਾਰਕ ਆ, ਮਾਥੀਕਿਤਨ 16 ਨੈਸ਼ਨਲ ਪਾਰਕ ਆ, ਪਵਡਮ ਨੈਸ਼ਨਲ ਪਾਰਕ ਆ, ਸਾਇਲੈਂਟ ਵੈਲੀ ਨੈਸ਼ਨਲ ਪਾਰਕ ਆ, ਐਰਬੀਕੁਲਮ ਨੈਸ਼ਨਲ ਪਾਰਕ ਆ, ਪੈਰੀਆਰ ਵਾਈਲਡ ਲਾਈਫ ਸੈਂਚੁਰੀ ਆ। ਕੇਰਲ ਸਰਕਾਰ ਨੇ ਇੱਕ ਨਵੀਂ ਈ ਗਵਰਨੈਂਸ ਪਹਿਲ ਕਦਮੀ ਕੇ ਸਮਾਰਟ ਲਾਂਚ ਕੀਤੀ। ਭਾਰਤ ਦੀ ਸਭ ਤੋਂ ਤੇਜ਼ ਸੂਰਜੀ ਇਲੈਕਟ੍ਰਿਕ ਕਿਸ਼ਤੀ ਬਾਰਾਕੁਡਾ ਕੇਰਲ ਵਿੱਚ ਲਾਂਚ ਕੀਤੀ ਗਈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕੇਰਲ ਵਿੱਚ ਲਗਜ਼ਰੀ ਜਹਾਜ਼ ਕਲਾਸਿਕ ਇੰਪੀਰੀਅਲ ਲਾਂਚ ਕੀਤਾ। ਕੇਰਲ ਧਾਰਮਿਕ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਬਹੁਭਾਸ਼ਾਈ ਮਾਈਕਰੋਸਾਫਟ ਲਾਂਚ ਕਰੇਗਾ, ਤੇ ਕੇਰਲ ਵਿੱਚ ਪਰੂਮਾਲਾ ਪੇਰੂਨਲ ਤਿਉਹਾਰ ਮਨਾਇਆ ਗਿਆ। ਨੈਕਸਟ ਕੁਐਸਚਨ ਆ, ਰਾਈਜ਼ਾ ਗੁਰਜੋਤ ਦੀ ਜੋੜੀ ਨੇ ਹਾਲ ਹੀ ਵਿੱਚ ਏਸ਼ੀਆ ਓਲੰਪਿਕ ਸ਼ਾਟਗਨ ਕੁਆਲੀਫਾਇਰ ਵਿੱਚ ਕਿਹੜਾ ਮੈਡਲ ਜਿੱਤਿਆ? ਹਾਂਜੀ, ਰਾਈਜ਼ਾ ਗੁਰਜੋਤ ਦੀ ਜੋੜੀ ਨੇ ਏਸ਼ੀਆ ਓਲੰਪਿਕ ਸ਼ਾਟਗਨ ਕੁਆਲੀਫਾਇਰਿੰਗ ਵਿੱਚ ਮੈਡਲ ਜਿੱਤਿਆ ਵਾ ਕਾਂਸੀ ਦਾ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ, ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਰਾਈਜ਼ਾ ਅਤੇ ਗੁਰਜੋਤ। ਨੈਕਸਟ ਕੁਐਸਚਨ, ਹਾਲ ਹੀ ਵਿੱਚ ਭਾਰਤੀ ਮੈਰਾਥਨ ਦੌੜਾਕ ਮਾਨ ਸਿੰਘ ਨੇ ਏਸ਼ੀਅਨ ਮੈਰਾਥਨ ਚੈਂਪੀਅਨਸ਼ਿਪ 2024 ਜਿੱਤੀ ਆ, ਤੇ ਕਿਹੜੇ ਮੈਡਲ ਦੇ ਨਾਲ ਜਿੱਤੀ ਆ? ਹਾਂਜੀ, ਭਾਰਤੀ ਮੈਰਾਥਨ ਦੌੜਾਕ ਮਾਨ ਸਿੰਘ, ਇਹਨਾਂ ਨੇ ਏਸ਼ੀਅਨ ਮੈਰਾਥਨ ਚੈਂਪੀਅਨ 2024 ਜਿੱਤੀ ਆ, ਤੇ ਇਸ ਦੇ ਵਿੱਚ ਸੋਨੇ ਦਾ ਮੈਡਲ ਜਿੱਤਿਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਦੇਖੋ, ਜਿਹੜੀ ਇਹ ਏਸ਼ੀਅਨ ਮੈਰਾਥਨ ਚੈਂਪੀਅਨਸ਼ਿਪ 2024 ਆ, ਇਹ ਹਾਂਗਕਾਂਗ ਦੇ ਵਿੱਚ ਹੋਈ ਆ। ਠੀਕ ਹੈ, ਨੈਕਸਟ ਕੁਐਸਚਨ, ਹਾਲ ਹੀ ਵਿੱਚ ਦਿੱਲੀ ਵਿੱਚ ਗਾਓ ਚਲੋ ਅਭਿਆਨ ਕਿਸ ਨੇ ਸ਼ੁਰੂ ਕੀਤਾ? ਹਾਂਜੀ, ਦਿੱਲੀ ਦੇ ਵਿੱਚ ਗਾਓ ਚਲੋ ਅਭਿਆਨ ਸ਼ੁਰੂ ਕੀਤਾ ਜੇਪੀ ਨੱਡਾ ਨੇ। ਆਪਸ਼ਨ ਏ ਇਸ ਦਾ ਰਾਈਟ ਆਨਸਰ। ਬੀਜੇਪੀ ਦਾ ਟਾਰਗੇਟ ਆ ਦੇਸ਼ ਵਰਗ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਤੱਕ ਮੋਦੀ ਸਰਕਾਰ ਦੀਆਂ ਯੋਜਨਾਵਾਂ ਪਹੁੰਚਾਉਣਾ, ਤੇ ਇਸ ਕਰਕੇ ਗਾਓ ਚਲੋ ਅਭਿਆਨ 4 ਫਰਵਰੀ ਤੋਂ ਸ਼ੁਰੂ ਹੋਵੇਗਾ ਦਿੱਲੀ ਦੇ ਵਿੱਚ। ਨੈਕਸਟ ਕੁਐਸਚਨ, ਹਾਲ ਹੀ ਵਿੱਚ ਡਿਜ਼ਰਟ ਫੈਸਟੀਵਲ ਕਿੱਥੇ ਆਯੋਜਿਤ ਕੀਤਾ ਗਿਆ? ਹਾਂਜੀ, ਡਿਜ਼ਰਟ ਫੈਸਟੀਵਲ ਇਹ ਰਾਜਸਥਾਨ ਦੇ ਜੈਸਲਮੇਰ ਦੇ ਵਿੱਚ ਆਯੋਜਿਤ ਕੀਤਾ ਗਿਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਹੁਣ ਰਾਜਸਥਾਨ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰਾਜਸਥਾਨ, ਰਾਜਸਥਾਨ ਦੀ ਕੈਪੀਟਲ ਆ ਜੈਪੁਰ, ਚੀਫ ਮਿਨਿਸਟਰ ਆ ਭਜਨ ਲਾਲ ਸ਼ਰਮਾ, ਗਵਰਨਰ ਆ ਕਲਰਾਜ ਮਿਸਰਾ। ਰਾਜਸਥਾਨ ਦੇ ਵਿੱਚ ਸਰਿਸਕਾ ਨੈਸ਼ਨਲ ਪਾਰਕ ਆ, ਰਣਥੋਂਬੋਰ ਨੈਸ਼ਨਲ ਪਾਰਕ ਆ, ਡਿਜ਼ਰਟ ਨੈਸ਼ਨਲ ਪਾਰਕ ਆ, ਮੁਕੁੰਦਰਾ ਨੈਸ਼ਨਲ ਪਾਰਕ ਆ, ਕੁੰਭਲਗੜ੍ਹ ਨੈਸ਼ਨਲ ਪਾਰਕ ਆ, ਕਿਉਲਾ ਦੇਵ ਨੈਸ਼ਨਲ ਪਾਰਕ ਆ। ਖੇਤਰਫਲ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜ ਆ ਰਾਜਸਥਾਨ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫੋਰ ਵਾਚਿੰਗ।